ਸੂਰਜ ਲਿਖਾਂਦੇ ਲਿਖਾਂਦੇ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਚੜਦੇ ਸੂਰਜ ਲਿਖਾਂਦੇ ਹਰ ਰਿਸ਼ਤੇ ਨਾਲ ਟੁੱਟ ਗਏ ਹਰ ਰਿਸ਼ਤੇ ਨਾਲ ਟੁੱਟ ਕੇ ਜਾ ਟੁੱਟ ਕੇ ਜਾ ਦੁੱਖਾਂ ਨਾਲ ਜੁੜ ਗਏ ਉਹ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਉਹ ਅੱਜ ਲੱਗੇ ਕਰਨ ਕਮਾਈਆਂ ਉਹ ਰੱਬਾ ਮਾਪੇ ਤੁਰ ਗਏ ਪੰਜ ਕੁ ਮਿੰਟ ਬਰਦਾਸ਼ਤ ਕਰ ਲਓ ਫਿਰ ਵਿਸ਼ਵ ਵਿੱਚ ਇਹ ਗਾਣਾ ਕੱਢੀ ਜਾਂਦੀ ਅੱਜ ਇੱਕ ਸਾਲ ਹੋ ਗਿਆ ਮੈਂ ਵੀ ਆਪਣੇ ਬਾਪ ਨੂੰ ਪਿਛਲੇ ਸਾਲ ਤੋਰ ਬੈਠਾ ਐਡਾ ਪਿਆਰ ਮੇਰੇ ਬਾਪ ਦਾ ਸਾਡੇ ਨਾਲ ਅੱਜ ਜਿੱਥੇ ਵੀ ਹੈ ਮੇਰੇ ਬਾਪ ਕਰਕੇ ਆ ਸਾਡੀ ਔਕਾਤ ਨਹੀਂ ਸੀ ਕਿ ਚੱਕ ਕੇ ਰੋਟੀ ਖਾ ਸਕਦਾ ਪਰ ਮੇਰੇ ਬਾਪ ਨੇ ਆਪਣੀ ਗੱਲ ਕਰਦਾ ਹੁਣ ਸਾਡੇ ਬਾਪ ਨੇ ਸਾਨੂੰ ਆਪਣਾ ਆਪ ਵੇਚ ਕੇ ਸਾਨੂੰ ਖਵਾਇਆ ਅੱਜ ਤੋਂ ਚੰਗੀਆਂ ਰੋਟੀਆਂ ਖਾਣ ਜੋਗਰੇ ਹੋ ਗਏ ਤਾਂ ਸਾਡਾ ਬਾਪ ਸਾਡੇ ਕੋਲ ਨਹੀਂ ਕੀ ਉਹ ਕਮਾਈਆਂ ਨੂੰ ਕਰਨ ਕਿੱਥੇ ਸੁੱਖ ਦਾ ਸਾਹ ਨੂੰ ਮਿਲਣਾ ਸੀ ਕਿ ਮੇਰੇ ਪੁੱਤ ਕਮਾਉਣ ਲੱਗ ਗਏ ਪਰ ਕਿੱਥੇ ਜਾ ਕੇ ਇਕੱਲੀ ਫੋਟੋ ਨੂੰ ਮੱਥਾ ਟੇਕੇ ਬਹਿ ਜਾਂਦੀ ਹੈ ਇਸ ਕਰਕੇ ਅਸੀਂ ਬਦਕਿਸਮਤ ਆਪਣੇ ਆਪ ਨੂੰ ਮੰਨਦੇ ਹਾਂ ਸਭ ਕੁਛ ਹੁੰਦਿਆਂ ਹੋਇਆ ਵੀ ਕੁਛ ਨਹੀਂ ਸਾਡੇ ਕੋਲ ਅਤੇ ਤੁਸੀਂ ਕਿਸਮਤ ਵਾਲੇ ਹੋ ਜ਼ਮੀਨ ਜਾਇਦਾਦ ਤੱਕ ਨਾ ਜਾਵੇ ਇਹ ਹੱਥਾਂ ਦੀ ਮੈਲ ਅੱਜ ਹੈ ਅਤੇ ਕੱਲ੍ਹ ਨਹੀਂ ਹੈ ਪਰ ਮਾਂ ਬਾਪ ਤੁਹਾਡੇ ਕੋਲ ਆ ਨਾ ਸਭ ਤੋਂ ਅਮੀਰ ਹੋ ਤੁਸੀਂ ਸਭ ਤੋਂ ਅਮੀਰ ਹੋ ਸਭ ਤੋਂ ਅਨਮੋਲ ਹੋ ਔਰ ਮੇਰੀਆਂ ਭੈਣਾਂ ਬੈਠੀਆਂ ਕਹਿੰਦੇ ਜਿਹਨਾਂ ਭੈਣਾਂ ਦੇ ਸਿਰ 'ਤੇ ਬਾਪ ਨਾਲ ਦਾ ਸਾਇਆ ਨਹੀਂ ਨਾ ਹੁੰਦਾ ਉਸ ਭੈਣ ਨੂੰ ਘਰੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਬਾਪ ਘਰ ਦੇ ਵਿੱਚ ਹੋਵੇ ਨਾ ਅਤੇ ਧੀ ਨੂੰ ਕੋਈ ਟੈਨਸ਼ਨ ਨਹੀਂ ਸਕੂਲ ਜਾਂਦੀ ਹੈ ਔਰ ਪਤਾ ਹੁੰਦਾ ਕਿ ਮੇਰੇ ਸਿਰ ਦਾ ਤਾਜ ਬੈਠਾ ਹੈ ਉਹ ਮੇਰਾ ਕਲਗੀ ਵਾਲਾ ਬਾਪ ਬੈਠਾ ਮੇਰਾ ਉਹਨੇ ਕਿਸੇ ਨੂੰ ਬੋਲਣ ਨਹੀਂ ਦੇਣਾ ਕੁਛ ਪਰ ਬਦਕਿਸਮਤੀ ਉਹਨਾਂ ਭੈਣਾਂ ਦਾ ਜਿਹਨਾਂ ਦੇ ਸਿਰ ਤੋਂ ਬਾਪ ਨਾਲ ਦਾ ਸਾਇਆ ਉੱਠ ਜਾਂਦਾ ਔਰ ਮਜਬੂਰੀ ਦੇ ਵਿੱਚ ਮਾਂ ਨੂੰ ਸ਼ਰੀਕਿਆਂ ਤੋਂ ਬਚਦੀ ਆਪਣੀ ਧੀ ਦੇ ਹੱਥ ਪੀਲੇ ਕਰਕੇ ਉਸ ਘਰੇ ਤੋੜ ਦਿੰਦੇ ਜਿੱਥੇ ਕੋਈ ਨਾ ਚਾਚਾ ਨਾ ਕੋਈ ਤਾਇਆ ਨਾ ਕੋਈ ਭੈਣ ਨਾ ਕੋਈ ਭਰਾ ਉਹਨੂੰ ਪਤਾ ਹੁੰਦਾ ਜੇ ਨਾ ਤੋਰਿਆ ਤਾਂ ਸ਼ਰੀਕਾ ਮਾਰ ਦਿਉ ਮੈਨੂੰ ਅਤੇ ਨਹੀਂ ਮੈਂ ਮਰ ਜਾਣਾ ਪਰ ਉਹ ਕਰਮਾਂ ਵਾਲੀ ਮੇਰੀ ਭੈਣ ਛੋਟੀ ਅੱਜ ਦੀਆਂ ਬੈਠੀਆਂ ਨੇ ਇਹਨਾਂ 'ਚ ਰੱਬ ਕਰਕੇ ਕੋਈ ਐਸੀ ਨਾ ਹੁੰਦਾ ਪਰ ਉਹ ਬਦਕਿਸਮਤ ਦੀ ਗੱਲ ਕਰਦਾ ਹੋਊਗਾ ਜਿਹਦੇ ਬਾਪ ਨਹੀਂ ਹੁੰਦੇ ਉਹ ਜਦੋਂ ਬਾਪ ਤੁਰ ਜਾਂਦਾ ਮਾਂ ਵਿਆਹ ਕੇ ਉਸ ਘਰੇ ਤੋੜ ਦਿੰਦੀ ਹੈ ਜਿੱਥੇ ਕੋਈ ਆਪਣਾ ਸਕਾ ਨਹੀਂ ਹੁੰਦਾ ਪੇਕੇ ਘਰੇ ਵੀ ਜੰਮਦੇ ਉੱਥੇ ਕਹਿੰਦੇ ਬਗਾਨਾ ਧੰਨ ਹੈ ਬਗਾਨੇ ਘਰੇ ਤੋੜ ਦਿੰਦੇ ਉੱਥੇ ਕਹਿੰਦੇ ਬਗਾਨੇ ਘਰੋਂ ਆਈ ਉਹਦਾ ਘਰ ਹੈ ਹੀ ਨਹੀਂ ਕੋਈ ਅਸੀਂ ਰੁਸ ਕੇ ਵਗ ਕੇ ਸਾਰਾ ਟੱਬਰ ਦੂਜੇ ਦਿਨ ਮਨਾਉਣ ਵਗ ਜਾਂਦਾ ਅਤੇ ਉਹਦਾ ਕੀ ਕਸੂਰ ਹੈ ਜਿਹੜੀ ਨਾਮ ਜੰਮੀ ਹੁੰਦੀ ਹੈ ਆਪਣੀ ਸਾਰੀ ਉਮਰ ਲਈ ਤੋੜ ਦਿੰਦੇ ਹਾਂ ਅਸੀਂ ਸੋਚਿਆ ਕਰ ਨਹੀਂ ਨਾ ਇੱਕ ਤਾੜੀ ਆਪਣੀ ਭੈਣ ਲਈ ਹੱਥ ਉੱਪਰ ਕਰਕੇ ਮਾਰਿਓ ਉਹ ਤਾਂ ਦੇਣ ਨਹੀਂ ਦੇ ਸਕਦੇ ਤੁਸੀਂ ਵੀ ਤਾੜੀ ਮਾਰਦੇ ਆਪਣੇ ਲਈ ਹੱਥ ਸਿਰ ਤੋਂ ਉੱਠਿਆ ਬਾਪੂ ਦਾ ਉਹ ਸ਼ਰਮਾਂ ਨਾ ਰਹੀਆਂ ਉਹ ਕਿੱਥੋਂ ਲੱਭ ਲਿਆ ਮਾਇਆ ਮੜੀ ਨੂੰ ਉਹ ਰਾਣਾ ਰਹੀਆਂ ਕੋਈ ਬੜਾ ਅਮੀਰ ਹੋਊਗਾ ਅੰਬਾਨੀ ਵਰਗਾ ਜੇ ਰੱਬ ਉਹਦੀ ਮੰਨਦਾ ਹੋਊਗਾ ਤਾਂ ਕਹਿੰਦਾ ਮੈਂ ਟਰੱਕ ਭਰ ਕੇ ਰੱਬ ਤੈਨੂੰ ਪੈਸਿਆਂ ਨੂੰ ਦਿੰਦਾ ਉਸ ਪਰਮਾਤਮਾ ਦੀ ਦਰਬਾਰ 'ਤੇ ਖੜਾਇਆ ਉਹਨੇ ਜਾ ਕੇ ਜਿੱਥੇ ਹੋਊ ਪਰ ਮੇਰੀ ਮਾਂ ਮੁੜ ਨਹੀਂ ਮੁੜ ਜਿਹਨੂੰ ਰੱਬ ਇੱਕ ਵਾਰੀ ਲੌਕ ਲਾ ਦਿੰਦਾ ਨਾ ਉਹ ਨਹੀਂ ਮੁੜਦਾ ਹੱਥ ਸਿਰ ਤੋਂ ਉੱਠਿਆ ਬਾਪੂ ਦਾ ਉੱਠਿਆ ਉਹ ਸ਼ਾਮਾਂ ਨਾ ਰਹੀਆਂ ਉਹ ਕਿੱਥੋਂ ਲੱਭ ਲਿਆ ਮਾਂ ਅਮੜੀ ਉਹ ਰਾਮਾ ਨਾ ਰਹੀਆਂ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਪਾਣੀ ਸੰਗ ਫੜ ਗਏ ਉਹ ਅੱਜ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਹਾਂ ਅੱਖਾਂ ਦੇ ਤਾਰੇ ਤੁਰ ਗਏ ਅੱਛਾ ਜੇ ਤਾਂ ਤੁਹਾਨੂੰ ਬੁਰਾ ਲੱਗਿਆ ਤਾਂ ਮੈਂ ਬੰਦ ਕਰ ਦੇਣਾ ਨਹੀਂ ਲਾਸਟ ਅੰਦਰਾ ਗਾ ਦੇਣਾ ਤੁਸੀਂ ਕਹੋਗੇ ਕਿੱਦਾਂ ਕਰਨਾ ਬੰਦ ਕਰ ਦਈਏ ਕਿਹੜੇ ਕਿਹੜੇ ਚਾਹੁੰਦੇ ਕਿ ਮਾਂ ਦਾ ਗਾਣਾ ਪੂਰਾ ਗਾ ਦਿਓ ਵੈਸੇ ਵੀ ਮੈਂ ਪੂਰਾ ਹੀ ਗਾਉਣਾ ਸੀ ਪਰ ਮੈਂ ਦੇਖਣਾ ਸੀ ਵੀ ਮਾਂ ਨੂੰ ਪਿਆਰ ਕਰਨ ਵਾਲੇ ਕਹੇ ਜਾਂਦਾ ਦਾੜੀ ਮਾਰ ਦੇ ਕਹੇ ਅੱਜ ਕੱਲ੍ਹ ਸਮਾਂ ਚੇਂਜ ਹੈ ਜੀ ਬਾਪੂ ਜੀ ਕਿੱਧਰ ਗਿਆ ਬਾਪੂ ਕਿੱਧਰ ਗਿਆ ਬਾਪੂ ਅੱਜ ਕੱਲ੍ਹ ਸਮਾਂ ਚੇਂਜ ਹੈ ਤੁਹਾਡੇ ਵੇਲੇ ਕੀ ਹੁੰਦਾ ਸੀ ਅੱਜ ਕੀ ਹੁੰਦਾ ਸੀ
ਤੁਹਾਡੇ ਵੇਲੇ ਇਹਨਾਂ ਵੇਲੇ ਗੱਲ ਕਰਦਾ, ਥੋੜ੍ਹਾ ਜਿਹਾ ਹੋਰ ਪਿੱਛੇ ਚਲੇ ਜਾਓ, ਮੇਰੀਆਂ ਮਾਵਾਂ ਬਜ਼ੁਰਗ ਬੈਠੀਆਂ ਹੋਣਗੀਆਂ ਔਰ ਮੈਂ ਗੱਲ ਕਰਦਾ ਜਿਹੜੇ ਮੇਰੇ ਹਮ ਉਮਰਾ ਮੇਰੇ ਭਰਾ ਮੇਰੀਆਂ ਭੈਣਾਂ। ਅੱਜ ਕੱਲ੍ਹ ਵਿਆਹ ਹੁੰਦੇ ਆ ਜੀ, ਟੋਟਰੂ ਵੀ ਹੁੰਦਾ ਨਾਲ 7-8 ਸਾਲਾਂ ਦਾ, ਬੜਾ ਲਾਈਫ ਬੜੀ ਮਜ਼ੇਦਾਰ ਹੁੰਦੀ ਹੈ ਸਭ। ਪਰ ਮੈਂ ਗੱਲ ਕਰਦਾ ਉਹਨਾਂ ਮਾਵਾਂ ਦੀ ਜਿਹਨਾਂ ਨੇ ਪਿਛਲਾ ਜਨਮ ਦੇਖਿਆ ਹੁੰਦਾ ਹੈ, ਪਿਛਲਾ ਟਾਈਮ ਦੇਖਿਆ ਹੁੰਦਾ ਹੈ। ਘਰ ਦੇ ਵਿੱਚ ਕੋਈ ਵੀ ਸਮਾਨ ਰਿਸ਼ਤੇਦਾਰ ਲੈ ਕੇ ਆਉਂਦਾ ਨਾ ਤਾਂ ਸਾਰਾ ਟੱਬਰ ਵੰਡ ਕੇ ਖਾਂਦਾ ਸੀ। ਕਿਉਂ ਬਾਬੂ? ਸਹੀ ਗੱਲ ਹੈ, ਸਾਰਾ ਟੱਬਰ ਵੰਡ ਕੇ ਖਾਂਦਾ ਸੀ ਔਰ ਹਰ ਇੱਕ ਜੀਵ ਵਾਸਤੇ ਕੁਛ ਨਾ ਕੁਛ ਸਮਾਨ ਰੱਖਿਆ ਹੁੰਦਾ ਸੀ ਕਿ ਉਹਨੇ ਆਉਣਾ ਭਾਈ ਇੰਨਾ ਹੀ ਖਾਇਆ ਜਾਵੇ, ਇਹ ਜਿਹੜੇ ਛੋਟੇ ਉਹ ਸੁਣ ਲਏ ਵੀ ਉਹਦੇ ਵਾਸਤੇ ਰੱਖਿਆ ਜਾਵੇ। ਪਰ ਅੱਜ ਕੱਲ੍ਹ ਸਮਾਂ ਚੇਂਜ ਹੈ, ਵਿਆਹ ਹੋਏ ਹੁੰਦਾ 4-5 ਸਾਲ ਹੁੰਦੇ ਜੀ, ਮੁੰਡਾ ਹੁੰਦਾ 5 ਸਾਲ ਦਾ ਅਤੇ ਬੁੱਢਾ ਬੁੱਢੀ ਮਤਲਬ ਕਿ ਮਾਂ ਬਾਪ ਬੁੜੇ ਹੋਏ ਹੁੰਦੇ ਆ, ਉਹਨਾਂ ਨੂੰ ਕੌਣ ਪੁੱਛਦਾ, ਖੂੰਜੇ 'ਚ ਪਏ ਹੁੰਦੇ ਆ ਪਹਿਲੇ। ਅਤੇ ਘਰ ਦੇ ਵਿੱਚ ਕੋਈ ਖਾਣ ਨੂੰ ਸਮਾਨ ਮੰਗਾਉਣਾ ਹੁੰਦਾ ਤਾਂ ਘਰ ਵਾਲੀ ਫੋਨ ਕਰਦੀ ਆ ਆਪਣੇ ਘਰ ਵਾਲੇ ਨੂੰ, ਐਂ ਕਰੋ ਜੀ ਆਉਂਦੇ ਹੋਏ ਬਸ 3 ਸਮੋਸੇ ਲਿਆ ਪਲੀਜ਼। ਉੱਧਰੋਂ ਉਹ ਵੀ ਇਹਨਾਂ ਲਾਈ ਲੱਗ ਹੁੰਦਾ ਵਿਚਾਰਾ, 3 ਹੀ ਲੈ ਕੇ ਆਉਂਦਾ, ਇੱਕ ਮੈਂ ਖਾਊਂਗੀ ਜੀ, ਇੱਕ ਤੁਸੀਂ ਖਾ ਲਓ ਬਸ, ਅਤੇ ਇੱਕ ਆਪਣੇ ਭੋਲੇ ਵਾਸਤੇ ਭੋਲੋ। ਉਹ ਬਜ਼ੁਰਗਾਂ ਨੂੰ ਭੁੱਲ ਗਿਆ ਜਿਨ੍ਹਾਂ ਨੇ ਕਿਤੇ ਆਪਣੇ ਭੁੱਖੇ ਰਹਿ ਲੈ ਕੇ ਉਹਨਾਂ ਨੂੰ ਪਾਲਿਆ ਸੀ। ਉਹ 3 ਹੀ ਸਮੋਸੇ ਉਹ ਲੈ ਕੇ ਆਉਂਦੇ, ਪਰ ਜਿਹੜੇ ਮਾਂ ਬਾਪ ਹੁੰਦੇ ਨਾ ਕਦੇ ਲਿਆਉਂਦੇ ਹੋਏ ਉਹ 3 ਸਮੋਸੇ ਵੀ ਕਦੇ ਆਪਣੀ ਮਾਂ ਨੂੰ ਦੇ ਕੇ ਦੇਖਿਓ, ਮਾਂ ਨੇ ਆਪ ਨਹੀਂ ਖਾਣੇ, ਪਹਿਲਾਂ ਆਪਣੇ ਪੋਤੇ ਨੂੰ ਖਵਾਉਣੇ। ਮਾਂ ਆਪਣੇ ਪੁੱਤ ਨੂੰ ਖਵਾ ਦੂ, ਨੂੰਹ ਨੂੰ ਖਵਾ ਦੂ, ਫਿਰ ਕਿਤੇ ਆਪਣੇ ਘਰ ਵਾਲੂ ਲੈ ਤੂੰ ਵੀ ਖਾ ਲਾ, ਉਹ ਮਾਂ ਹੁੰਦੀ ਹੈ ਨਾ। ਉਹ ਬਜ਼ੁਰਗ ਹੋਏ ਹੁੰਦੇ ਕਿਤੇ ਅਨਾਥ ਆਸ਼ਰਮ ਛੱਡ ਦਿੰਦੇ, ਬਾਹਰਲੇ ਦੇਸ਼ਾਂ 'ਚ ਤਾਂ ਕਰਦੇ ਹੀ ਹੈ, ਅਨਾਥ ਆਸ਼ਰਮ ਛੱਡ ਦਿੰਦੇ ਔਰ ਕੀ ਕਹਿੰਦੇ ਨੇ ਕਿ ਬਾਬਾ ਜੀ ਮੇਰੀ ਮਾਂ ਬੁੱਢੀ ਹੋ ਗਈ, ਮੈਂ ਇੱਥੋਂ ਨਹੀਂ ਪਾਲੀ ਜਾਂਦਾ, ਮੇਰਾ ਪਿਓ ਵੀ ਬੁੱਢਾ ਹੋ ਗਿਆ, ਛੇਤੀ ਛੇਤੀ ਚੁੱਕ ਲਾ। ਉਹ ਕੀ ਕਹਿੰਦੇ ਕਿ ਹੇ ਪਰਮਾਤਮਾ ਮੈਨੂੰ 2 ਸਾਲ ਹੋਰ ਦੇ ਦੇ, ਮੈਂ ਆਪਣੇ ਧੀ ਪੁੱਤਾਂ ਨੂੰ ਹੋਰ 2 ਸਾਲ ਦੇਖਣਾ। ਕਿੰਨਾ ਫਰਕ ਹੈ ਸਾਡੀ ਸੋਚ ਦੇ ਨਾਲ ਸੋਚਦੇ, ਕੱਲ੍ਹ ਨੂੰ ਅਸੀਂ ਵੀ ਬਜ਼ੁਰਗ ਹੋਣਗੇ, ਜੋ ਅਸੀਂ ਬੀਜਾਂਗੇ ਉਹੀ ਸਾਡੇ ਬੱਚੇ ਸਾਡੇ ਨਾਲ ਕਰਨਗੇ, ਇਸ ਕਰਕੇ ਇਹਦਾ ਨਾਂ ਕਰਨਾ। ਸਾਰਾ ਕੁਝ ਹੁੰਦਿਆਂ ਕੋਠੀਆਂ ਵੀ ਆ ਜਾਣੀਆਂ, ਮਹਿਲ ਮਨਾਰੇ ਵੀ ਆ ਜਾਣਗੇ। ਮੈਂ ਆਪਣੀ ਗੱਲ ਦੱਸਦਾ, ਮੈਂ ਮੇਰੇ ਕੋਲ ਸਭ ਕੁਛ ਹੈਗਾ, ਰੋਟੀ ਖਾਣ ਜੋਗਰਾ, ਇਹ ਨਹੀਂ ਕਿ ਮੈਂ ਬਾਹਲਾ ਵੱਡਾ ਭਾਜੀ, ਰੋਟੀ ਖਾਣ ਜੋਗਰਾ ਮੇਰੇ ਕੋਲ ਹੈ, ਮੈਂ ਰੋਟੀ ਖਾ ਸਕਦਾ। ਪਰ ਰੋਟੀ ਦੇ ਨਾਲ ਨਾਲ ਆਸ਼ੀਰਵਾਦ ਵੀ ਚਾਹੀਦਾ ਹੁੰਦਾ, ਉਹ ਸਭ ਤੋਂ ਵੱਡੀ ਖੁਰਾਕ ਹੈ ਜਿਹਨੇ ਤੁਹਾਨੂੰ ਇਹ ਅਹਿਸਾਸ ਦਿਵਾਉਣਾ ਵੀ ਹਾਂ ਯਾਰ ਰੱਬ ਮੇਰੇ ਨਾਲ। ਰੱਬ ਕਿਸੇ ਨੇ ਨਹੀਂ ਦੇਖਿਆ, ਰੱਬ ਮਾਂ ਬਾਪ ਦੇ ਵਿੱਚ ਹੀ ਦੇਖਦੇ ਸੀ ਲੋਕ, ਉਹ ਅਸਲੀ ਰੱਬ ਹੈ। ਸਾਰਾ ਕੁਝ ਹੁੰਦਿਆਂ ਇੱਕ ਖੰਡ ਰਣਕਦੀ ਰਹਿਣੀ ਹੈ, ਉਹ ਪਿੰਡ ਹਿੰਮਤਪੁਰੇ ਦੇ ਬੰਟੀ ਦੀ, ਯਾਰੋ ਜਿੰਦ ਤੜਫਦੀ ਉਂਝ ਤੇ ਹੈ ਵੀ ਕਈ ਵਾਰੀ ਉਹ ਰਾਏਕੋਟ ਵਿੱਚ ਕਈ ਵਾਰੀ ਮਹਿੰਜੂ ਲੈ ਕੇ ਮੁੜ ਗਏ, ਅੱਜ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਹੀ ਤੁਲ ਗਏ, ਹਾਂ ਅੱਖਾਂ ਦੇ ਤਾਰੇ ਹੀ ਤੁਲ ਗਏ, ਉਦੋਂ ਸਹਾਰੇ ਤੁਲ ਗਏ। ਥੈਂਕ ਯੂ ਜੀ, ਚੰਗਾ ਲੱਗਾ ਤਾੜੀ ਆਪਣੇ ਲਈ।